ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਵੈਲਕਮ ਬੈਕ ਟੂ ਮਾਈ ਵਲੌਗਸ। ਅੱਜ ਆਏ ਹਾਂ ਅਸੀਂ ਸ਼ੂਟ ਕਰਨ, ਮਹਿਤਾਬ ਦਾ ਇੱਕ ਰੈਪ ਕਰਨਾ ਸ਼ੂਟ। ਅਤੇ ਅੱਜ ਦੀ ਲੋਕੇਸ਼ਨ ਹੈ ਆ ਫਾਰਮ ਹਾਊਸ ਜੋਤ ਦਾ, ਅਤੇ ਥੋੜ੍ਹਾ ਕੁਛ ਅੰਦਰ ਕਰਾਂਗੇ। ਹਵਾ ਬਹੁਤ ਸੋਹਣੀ ਚੱਲਦੀ ਪਈ ਆ, ਮੌਸਮ ਵੀ ਬਹੁਤ ਸੋਹਣਾ ਹੋਇਆ ਪਿਆ। ਇੱਥੇ ਕਢਾਉਣੀਆਂ ਸੀ ਮਹਿਤਾਬ ਨੂੰ ਗਾਲ ਖੇਤਾਂ 'ਚ, ਮਿਲਦੇ ਹਾਂ ਜੀ ਤੁਹਾਨੂੰ ਅੱਗੇ, ਥੋੜ੍ਹੇ ਬਹੁਤੇ ਬੀ ਰੋਲ ਸਲਾਵਾਂਗੇ ਸ਼ੂਟ ਕਰਦੇ ਤੇ ਫਟਾਫਟ ਨਿਬੇਲ ਜੀ। ਫਿਰ ਇੱਥੋਂ ਗਰਮੀ ਪਾ ਜਾਣੀ ਆ, ਸਵੇਰ ਦੇ 9:30 ਤਾਂ ਹੋ ਗਏ ਹਾਂ, ਅਤੇ ਹੁਣੇ ਕਰ ਲਈਏ ਘੰਟੇ ਦੋ ਘੰਟੇ ਜਿਵੇਂ ਇੱਕਦਮ ਸਿਰ 'ਤੇ ਚੜ੍ਹ ਜਾਣਾ ਜ਼ੋਰ 'ਚ, ਫਿਰ ਸ਼ੂਟ ਵੀ ਔਖਾ ਹੋਣਾ ਅਤੇ ਗਰਮੀ ਵੀ ਲੱਗੂਗੀ, ਸਵੈਟਿੰਗ ਬਹੁਤ ਹੋਊਗੀ। ਸੋ ਮਿਲਦੇ ਜੀ ਅੱਗੇ ਚੱਲ ਕੇ। ਰੈਡੀ ਇਹਨੇ ਨਾਲ ਦੇਖ ਲਾ ਚੋ ਚੋ ਕੇ ਆਰਟਿਸਟ ਸਾਡੇ, ਇਹਨਾਂ ਦੇ ਵੀਡੀਓ ਦਾ ਫੇਸ ਤੇ ਗਲੋ ਰਹਿੰਦਾ ਹੀ ਆ। ਡੀਓਪੀ ਸਾਹਿਬ ਅੱਜ ਨੋਨ ਡੀਓਪੀ ਮਾਈ ਵਲੌਗਸ ਵੀ ਵਲੌਗਸ ਮਾਈ ਵਲੌਗਸ ਹੇ 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 ਬੁਰਾ ਵੀ ਹੁੰਦੇ ਆ। ਆਲਮੋਸਟ ਸ਼ੂਟ ਹੋ ਗਿਆ ਕੰਪਲੀਟ, ਅਤੇ ਇੱਕ ਫਰੇਮ ਰਹਿ ਗਿਆ ਮਾੜਾ ਜਿਹਾ। ਪ੍ਰੋਪ ਲੈਣ ਗਿਆ ਸਾਡੇ, ਹੈ ਨਾ, ਬ੍ਰੈਡ ਪਕੌੜੇ ਲੈਣ ਗਿਆ, ਚਟਨੀ ਨਾਲ ਕੋਕ। ਸਾਡੇ ਪ੍ਰੋਪ ਨੇ ਅਗਲੇ ਸਿੰਕ ਦੀ ਬਹੁਤ ਲਿਆ ਕੇ ਆਵੇ, ਫਟਾਫਟ ਨਪੇੜੀ ਕੰਮ। ਆਹ
बहुत गर्मी मेरे कैमरा रोलिंग साउंड एक्शन लो जी आ मिली है सानू एक इतिहासिक चप्पल बी रोल मारना सूट हो गया कंप्लीट तो मैं एक अपनी रील जी बनानी है वह बना के फिर घर घर हो जाने अज का पैकअप है अपने आर्टिस्ट कितने गए पुठी जरबा वाले लो जी वह गैप हो गया चलो मिलते हैं जी अगले किसी नवे ब्लॉग तद तक दे सत श्री अकाल चैनल में सबसक्राइब कर लियो 22-23 सबसक्राइबर हो तक तो सबसक्राइब कर लियो तो बस बहुत एंड करा देने ठीक है जी मिलते हैं सत श्री अकाल जी तद तक।